चली जा लगे अभी बस अं चली अगलिया साइडों से लैन टेलर भी है टेलर नहीं है टेलर नहीं है टेलर नहीं है
ਕੀ ਜਾਣਕਾਰੀ ਦਿੱਤੀ ਗਈ ਸੀ? ਨਹੀਂ ਸਰ, ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ, ਸਾਨੂੰ ਸਿਰਫ ਟੀਵੀ ਵਗੈਰਾ 'ਚੋਂ ਪਾ ਚੱਲਿਆ ਮੇਨ ਟੀਵੀ। ਹਾਂ, ਘਰ ਤੋਂ ਮਤਲਬ ਜੋ ਵੀ ਸੀ, ਮਤਲਬ ਕੋਈ ਅਨਾਊਂਸਮੈਂਟ ਵਗੈਰਾ ਕੋਈ ਨਹੀਂ ਹੋਈ ਸਰ। ਅੱਛਾ, ਤੁਸੀਂ ਇਹ ਜਿਹੜਾ ਆਡੀਬਨ ਦਾ ਫੈਸਲਾ ਪ੍ਰਸ਼ਾਸਨੀ ਜਾਂ ਸਰਕਾਰ ਵੱਲੋਂ ਲਿੱਤਾ ਗਿਆ, ਤੁਸੀਂ ਇਹਨੂੰ ਕੀ ਸਮਝਦੇ ਹੋ? ਇਹ ਸਹੀ ਹੈ ਸਰ? ਬਹੁਤ ਵਧੀਆ ਗੱਲ ਹੈ ਸਰ, ਇਸ ਨਾਲ ਕਰੋਨਾ 'ਤੇ ਰੋਕ ਲੱਗ ਸਕਦੀ ਹੈ ਸਰ। ਹਾਂਜੀ, ਤੁਹਾਡੇ ਕੰਮ ਕਾਰ ਬਾਰੇ ਕੋਈ ਅਸਰ ਪਿਆ ਹੈ ਜੀ? ਕੰਮ ਕਾਰ ਤਾਂ ਸਰ ਬਿਲਕੁਲ ਬੰਦ ਹੀ ਹੈ ਸਰ, ਇਹ ਕੰਮ ਕਾਰ ਤਾਂ ਖਤਮ ਹੀ ਹੋ ਗਏ ਨੇ ਸਰ, ਕੋਈ ਕਸਟਮਰ ਨਹੀਂ ਆਉਂਦਾ ਇਸ ਤਰ੍ਹਾਂ। ਹਾਂਜੀ, ਤੁਹਾਨੂੰ ਲੱਗਦਾ ਵੀ ਕਿਵੇਂ ਰੋਕ ਲੱਗ ਸਕਦੀ ਹੈ ਕਰੋਨਾ 'ਤੇ? ਤੁਸੀਂ ਕੀ ਸਮਝਦੇ ਕਿੱਦਾਂ ਰੋਕਿਆ ਜਾ ਸਕਦਾ ਕਰੋਨਾ? ਸਰ ਬਹੁਤ ਅੱਛਾ ਕਰ ਰਿਹਾ ਗੌਰਮੈਂਟ ਆਪਣੇ, ਬਹੁਤ ਅੱਛਾ ਹੋ ਰਿਹਾ ਇਹਦੇ ਨਾਲ, ਕਸਟਮਰ ਮਤਲਬ ਬੰਦੇ ਬਾਹਰ ਘੱਟ ਨਿਕਲਦੇ ਮਤਲਬ, ਅਤੇ ਅੱਛੀ ਗੱਲ ਹੈ ਸਰ, ਬਹੁਤ ਅੱਛੀ ਗੱਲ ਹੈ। ਕੀ ਨਾਮ ਹੈ ਜੀ ਤੁਹਾਡਾ? ਰਵਿੰਦਰ ਕੁਮਾਰ ਦਵਲਾਨੀਆ। ਰਵਿੰਦਰ ਜੀ, ਅੱਜ ਤੋਂ ਆਡ ਈਵਨ ਸ਼ੁਰੂ ਹੋਇਆ, ਕਿਹੜੀਆਂ ਕਿਹੜੀਆਂ ਦੁਕਾਨਾਂ ਕਿਹੜੇ ਕਿਹੜੇ ਦਿਨ ਖੁੱਲ੍ਹਣਗੀਆਂ, ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਜਾਂ ਤੁਹਾਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਗਈ ਹੈ? ਸਾਨੂੰ ਆਪਣੀ ਮਤਲਬ ਕੱਪੜੇ ਦੀ ਦੁਕਾਨ ਬਾਰੇ ਪਤਾ ਵੀ 3 ਦਿਨ ਖੁੱਲ੍ਹੇਗੀ ਇਹ। ਕਿਹੜੇ ਕਿਹੜੇ ਦਿਨ ਖੁੱਲ੍ਹਣਗੀਆਂ ਜੀ? ਸੋਮਵਾਰ, ਮੰਗਲਵਾਰ, ਵੀਰਵਾਰ। ਅਤੇ ਆਡ ਈਵਨ ਜਿਹੜਾ ਅੱਜ ਲੱਗਿਆ, ਤੁਹਾਡੇ ਕੰਮ ਕਾਰ 'ਤੇ ਵੀ ਅਸਰ ਪੈਂਦਾ ਜੀ? ਤੁਹਾਨੂੰ ਲੱਗਦਾ ਤੁਹਾਡਾ ਕੰਮ ਕਾਰ ਇਸ ਵਕਤ ਕਿੱਦਾਂ ਦਾ ਹੈ? ਤੁਹਾਨੂੰ ਇਸ ਬਾਰੇ ਕੀ ਅਸਰ ਪਹੁੰਚਿਆ ਅੱਜ ਦੇ ਲੋਕਡਾਊਨ ਦੀ ਵਜ੍ਹਾ ਤੋਂ? ਕੰਮ ਕਾਰ ਤਾਂ ਮਤਲਬ ਕਿ 3 ਦਿਨ ਹੈ ਤਾਂ 3 ਦਿਨ ਹੀ ਰਹੇਗਾ, ਮਤਲਬ ਕਿ 7 ਦਿਨ ਵਾਲਾ ਕੰਮ ਨਹੀਂ ਪੂਰਾ ਹੁੰਦਾ। ਇਹਦੇ 'ਤੇ ਕੀ ਅਸਰ ਪਏਗਾ ਤੁਹਾਡੇ ਬਿਜ਼ਨਸ 'ਤੇ? ਕੀ ਅਸਰ ਪੈਂਦਾ? ਬਿਜ਼ਨਸ ਤਾਂ ਘਟੇਗਾ, ਘਟੇਗਾ। ਜਾਂ ਤਾਂ ਮਤਲਬ ਫੁੱਲ ਲੋਕਡਾਊਨ ਲਗਾਉਣ, ਇਹ ਉਹਦਾ ਕਰੋਨਾ ਨੂੰ ਫਾਇਦਾ ਹੈਗਾ, ਇੱਦਾਂ ਆਡ ਈਵਨ ਦਾ ਕੋਈ ਫਾਇਦਾ ਨਹੀਂ ਮਿਲਣਾ ਇਹਨਾਂ ਨੂੰ, ਫੁੱਲ ਲੋਕਡਾਊਨ ਦਾ ਪੂਰਾ ਫਾਇਦਾ ਮਿਲੂਗਾ, ਜਾਂ ਤਾਂ 15 ਦਿਨ ਦਾ ਫੁੱਲ ਲੋਕਡਾਊਨ ਲਗਾ ਦੇਣ। ਅੱਜ ਕਰੋਨਾ ਵੱਧ ਰਿਹਾ ਜੀ, ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਕਿੱਦਾਂ ਰੋਕਿਆ ਜਾ ਸਕਦਾ? ਫੁੱਲ ਲੋਕਡਾਊਨ ਨਾਲ ਹੀ ਰੋਕਿਆ ਜਾ ਸਕਦਾ ਜੀ, ਇਸ ਤਰ੍ਹਾਂ ਨਹੀਂ ਰੁਕਦਾ। ਆਡ ਈਵਨ ਨਾਲ ਤਾਂ ਉਸ ਤਰੀ ਆਵਾਜਾਵੀ ਹੋਣੀ ਹੈ ਸਾਰੀ, ਕੋਈ ਰੋਕ ਟੋਕ ਨਹੀਂ, ਕੋਈ ਕੁਛ ਨਹੀਂ। ਠੀਕ ਹੈ ਜੀ। ਤੇ ਇਹ ਅੱਜ ਕਿਹੜੀ ਕਿਹੜੀ ਦੁਕਾਨ ਕਿਹੜੇ ਕਿਹੜੇ ਦਿਨ ਖੁੱਲੂਗੀ, ਕਿਆ ਤੁਹਾਨੂੰ ਪ੍ਰਸ਼ਾਸਨ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ ਹੈ, ਤੁਹਾਨੂੰ ਪਤਾ ਹੈ ਇਸ ਬਾਰੇ? ਨਹੀਂ, ਪਤਾ ਤਾਂ ਇਸ ਤਰ੍ਹਾਂ ਜੀ, ਕੱਲ੍ਹ ਟੀਵੀ 'ਚ ਐਡ ਆਈ ਸੀਗੀ ਇਹਨਾਂ ਦੀ, ਅਤੇ ਕਹਿੰਦੇ ਜੀ ਮੰਡੇ ਅਤੇ ਟਿਊਜ਼ਡੇ ਜੁੱਤੀਆਂ ਵਾਲੇ ਦੀ ਦੁਕਾਨਾਂ ਖੁੱਲ੍ਹੇਗੀ, ਅਤੇ ਵੈਡਨੈਸਡੇ ਨੂੰ ਬੰਦ ਰਹੇਗੀ, ਫਿਰ ਥਰਸਡੇ ਨੂੰ ਖੁੱਲ੍ਹੇਗੀ। ਸਾਨੂੰ ਇਹ ਇਤਲਾਹ ਦਿੱਤਾ ਗਿਆ ਜੀ, ਲੇਕਿਨ ਜਿਸ ਤਰ੍ਹਾਂ ਇਹਨਾਂ ਦੇ ਕਿੱਤਾ ਇਹ ਲਾਗੂ, ਉਸ ਹਿਸਾਬ ਨਾਲ ਕੋਈ ਕੰਮ ਕਾਰ ਕੇ ਆਸਾਰ ਤਾਂ ਹੈ ਨਹੀਂ। ਸਾਨੂੰ ਬਹੁਤ ਜ਼ਿਆਦਾ ਦਿੱਕਤ ਹੈ, ਕਿਉਂਕਿ ਕਸਟਮਰ ਜੀ ਆਉਂਦਾ ਨਹੀਂ ਰੈਗੂਲਰ, ਅਸੀਂ ਹੁਣ ਦੇਖੋ ਸਾਰਾ ਸਾਰਾ ਦਿਨ ਬੈਠੇ ਰਹਿੰਦੇ, ਕਿਸੇ ਪ੍ਰਕਾਰ ਦੀ ਕੋਈ ਸਹੂਲਤਾਂ ਨਹੀਂ ਹੈ ਸਾਨੂੰ। ਤੁਸੀਂ ਆਡੀਓ ਦੇ ਇਸ ਫੈਸਲੇ ਨੂੰ ਕੀ ਸਮਝਦੇ? ਸਮਝਣ ਦਾ ਤਾਂ ਇਸ ਤਰ੍ਹਾਂ ਜੀ, ਅਸੀਂ ਇਹ ਚਾਹੁੰਦੇ ਹਾਂ ਜਾਂ ਤਾਂ ਸੰਪੂਰਨ ਲੋਕਡਾਊਨ ਲੱਗਿਆ ਜਾਵੇ, ਜਿਸ ਕਰਕੇ ਕੁਛ ਜਿਸ ਤਰ੍ਹਾਂ ਮਤਲਬ ਕੇਸ ਆ ਰਹੇ ਪੰਜਾਬ 'ਚ, ਉਹਨਾਂ ਦੀ ਕਟੌਤੀ ਹੋਵੇ, ਕੇਸ ਕੱਟਣਗੇ। ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਮਤਲਬ ਖੋਲ੍ਹੇ ਹੋਏ ਬਈ ਬਾਹਰ ਬੰਨੇ ਹੋਏ, ਕੇਸ ਤਾਂ ਰੈਗੂਲਰ ਉੱਦਾਂ ਹੀ ਚੱਲ ਰਿਹਾ ਜੀ, ਕਿਆ ਮਸਲਾ ਹੱਲ ਹੋਇਆ ਜੀ ਇਸ ਚੀਜ਼ ਦਾ? ਕਿਵੇਂ ਰੋਕਿਆ ਜਾ ਸਕਦਾ ਕਰੋਨਾ? ਨਹੀਂ, ਰੋਕਣ ਦੀ ਗੱਲ ਤਾਂ ਇਸ ਤਰ੍ਹਾਂ ਸਰ, ਜਿਵੇਂ ਕਿ 15 ਦਿਨ ਦਾ ਲੋਕਡਾਊਨ ਸੰਪੂਰਨ ਲੱਗਿਆ ਜਾਵੇ, ਉਸਦੇ ਵਿੱਚ ਦੇਖਿਆ ਜਾਵੇ ਵੀ 15 ਦਿਨਾਂ ਦੇ ਅੰਦਰ ਵੀ ਕਿੰਨੇ ਕੇਸ ਆ ਰਹੇ ਆ, ਘੱਟ ਰਿਹਾ ਕਿ ਵੱਧ ਰਿਹਾ, ਕਿਆ ਚੀਜ਼ ਹੈ। ਹੁਣ ਕੱਲ੍ਹ ਪੰਜਾਬ 'ਚ ਕਿੰਨੇ ਕੇਸ ਆਏ ਆ, ਹਾਲੇ ਕਿ 2 ਦਿਨ ਲਗਾਤਾਰ ਮਾਰਕੀਟ ਬੰਦ ਰਹੀ ਸੀਗੀ, ਲੇਕਿਨ ਸਮੱਸਿਆ ਤਾਂ ਉੱਥੇ ਦੀ ਉੱਥੇ ਖੜੀ ਹੈ। ਮੇਰਾ ਨਾਮ ਹੈ ਜੀ ਸੁਚਿੰਦਰ ਕੁਮਾਰ। ਸੁਚਿੰਦਰ ਜੀ, ਅੱਜ ਆਡ ਈਵਨ ਸ਼ੁਰੂ ਹੋਇਆ ਅੱਜ ਤੋਂ। ਹਾਂਜੀ ਹਾਂਜੀ। ਤੁਹਾਨੂੰ ਇਹ ਪਤਾ ਵੀ ਕਿਹੜੀਆਂ ਕਿਹੜੀਆਂ ਦੁਕਾਨਾਂ ਕਿਹੜੇ ਕਿਹੜੇ ਦਿਨ ਖੁੱਲ੍ਹਣੀ ਹੈ, ਤੁਹਾਨੂੰ ਸਰਕਾਰ ਵੱਲੋਂ ਕੋਈ ਇਸਦੇ ਬਾਰੇ ਜਾਣਕਾਰੀ ਦਿੱਤੀ ਗਈ? ਅਸੀਂ ਅਖਬਾਰ 'ਚ ਪੜ੍ਹਿਆ ਜੀ, ਸਾਡੀਆਂ ਸਾਈਕਲਾਂ ਦੀਆਂ, ਰਿਪੇਅਰ ਦੀਆਂ, ਮੋਟਰਸਾਈਕਲਾਂ ਦੀਆਂ, ਸਪੇਅਰ ਪਾਰਟ ਦੁਕਾਨਾਂ ਇਹ ਖੁੱਲ੍ਹੀਆਂ ਨੇ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ 3 ਦਿਨ, ਸ਼ਨੀਵਾਰ ਅਤੇ ਐਤਵਾਰ ਟੋਟਲੀ ਲੋਕਡਾਊਨ ਹੈ। ਤੁਹਾਨੂੰ ਲੱਗਦਾ ਕਿ ਇਸ ਫੈਸਲਾ ਸਹੀ ਹੈ ਜਾਂ ਗਲਤ ਹੈ? ਵੈਸੇ ਤਾਂ ਮੈਂ ਖਿਆਲ ਤਾਂ ਇਹ ਜੀ ਕਿ ਜੇ ਲੋਕਡਾਊਨ 15 ਦਿਨ ਪੱਕਾ ਹੀ ਲਾਦਾ ਜ਼ਿਆਦਾ ਵਧੀਆ ਰਹੇਗਾ, ਕਿਉਂਕਿ ਲੋਕ ਨਹੀਂ ਹਟਦੇ ਹੈ ਨਾ ਦੁਕਾਨਦਾਰ ਹਟਣ। ਤੁਹਾਨੂੰ ਕਿਵੇਂ ਲੱਗਦਾ ਸੁਚਿੰਦਰ ਜੀ, ਆਪਾਂ ਕਰੋਨਾ 'ਤੇ ਤਾਂ ਬ੍ਰੇਕ ਕਿੱਦਾਂ ਲੱਗ ਸਕਦੀ ਹੈ? ਕਰੋਨਾ ਦੇ ਮਾਮਲੇ ਜਿਹੜੇ ਵੱਧ ਰਹੇ ਨੇ, ਹਾਂਜੀ, ਇਹਨਾਂ 'ਤੇ ਤਾਂ ਬ੍ਰੇਕ ਕਿੱਦਾਂ ਲੱਗ ਸਕਦੀ ਹੈ? ਇਹ ਤਾਂ 15 ਦਿਨ ਦਾ ਇਕੱਠਾ ਹੀ ਲਗਾਓ ਜੀ ਲੋਕਡਾਊਨ ਪੂਰਾ ਐਨ ਸਖਤੀ ਦੇ ਨਾਲ। ਨਹੀਂ, ਹੁਣ ਪਹਿਲਾਂ 6 ਮਹੀਨੇ ਦਾ ਲੱਗਿਆ ਸੀ ਜੀ, ਫਿਰ ਉਸ ਤੋਂ ਬਾਅਦ ਐਡੀਸ਼ਨ ਕੀਤਾ, ਉਦੋਂ ਨਹੀਂ ਰੁਕਿਆ, ਹੁਣ ਕਰੋਨਾ ਦੇ ਮਾਮਲੇ ਜਿਹੜੇ ਵੱਧ ਰਹੇ ਨੇ, ਤੁਸੀਂ ਇਹਨਾਂ ਨੂੰ ਕੀ ਸਮਝਦੇ ਹੋ? ਇਹ ਤਾਂ ਕੁਛ ਲੋਕਾਂ ਦੀ ਆਪਣੀ ਥੋੜ੍ਹੀ ਜਿਹੀ ਗਲਤੀਆਂ ਨੇ, ਜਿਹੜਾ ਮਾਸਕ ਨਹੀਂ ਪਹਿਨਦੇ, ਸੈਨੀਟਾਈਜ਼ ਨਹੀਂ ਕਰਦੇ, ਦੂਰੀ ਨਹੀਂ ਬਣਾ ਕੇ ਰੱਖਦੇ, ਇੱਕ ਤਾਂ ਉਹ ਲਾਗੂ ਹੋਵੇ, ਇੱਕ ਦਿਨ ਆਡ ਈਵਨ ਨਾਲ ਜਾਂ 2 ਦਿਨ ਲੋਕਡਾਊਨ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਹੈ, ਇਹ ਤਾਂ 12-15 ਦਿਨ ਇਕੱਠਾ ਇੱਕੋ ਵਾਰੀ ਲਗਾ ਦਿਓ। ਠੀਕ ਹੈ ਵੀ, ਤਾਂ ਕਿ ਜਿਹੜੇ ਬੰਦੇ ਬਿਮਾਰ ਹੈ ਉਹ ਘਰਾਂ 'ਚ 12 ਦਿਨ ਵਾਸਤੇ ਕੁਆਰੰਟਾਈਨ ਹੋ ਜਾਣਗੇ, ਜਾਂ ਬਿਮਾਰ ਹੁੰਦੇ ਕਗਾਰ 'ਤੇ ਹੀ ਹੈ, ਉਹਨਾਂ ਦਾ ਬਚਾਅ ਹੋ ਜਾਊਗਾ।
इस लॉकडाउन के भी लग्या जी हूँ ऑड इवन भी चल रहा है तुहाडी साइकिल दी शोरूम है तुहाडा थानूं तुहाडे काम दे उत्ते कोई असर किन्ना क पिया जी इहदा साडा साइकिल दा काम तो जी वधिया ही है घटिया नहीं है लेकिन सानू पिछों माल की बहुत दिक्कत आ रही है माल नहीं मिल रहा ठीक है कि 8/2020 ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਇਹ ਸਾਡੇ ਜਿਹੜੇ ਆਰਡਰਸ ਨੇ ਇੰਪਲੀਮੈਂਟ ਹੋਏ ਸੀ ਡੀਸੀ ਸਾਹਿਬ ਵੱਲੋਂ ਆਰਡਰ ਹੋਏ ਸੀ ਸਾਡੇ ਕੋਲ ਜਿਹੜੇ ਆਏ ਨੇ ਇਹ ਵਿੱਚ ਦੋ ਦਿਨ ਆਪਣਾ ਵੀਕਐਂਡ ਕਰਫਿਊ ਸੀਗਾ ਸੈਟਰਡੇ ਐਂਡ ਸੰਡੇ ਅੱਜ ਮੰਡੇ ਤੋਂ ਇਹਨੂੰ ਅਸੀਂ ਇੰਪਲੀਮੈਂਟ ਕੀਤਾ ਇਹਦੇ ਵਿੱਚ ਕੁਝ ਸ਼ਾਪਸ ਹੈਗੀਆਂ ਜਿਵੇਂ ਮੋਬਾਈਲ ਸ਼ਾਪਸ ਹਾਰਡਵੇਅਰ ਸ਼ਾਪਸ ਸੈਨਿਟਰੀ ਆਇਰਨ ਐਂਡ ਸਟੀਲ ਸਾਈਕਲ ਆਟੋਮੋਬਾਈਲ ਰੈਡੀਮੇਡਸ ਕਲੋਥਸ ਸ਼ੂਜ਼ ਪ੍ਰਿੰਟਿੰਗ ਐਂਡ ਹੇਅਰ ਸੈਲੂਨ ਜਿਹੜੇ ਸਾਰੇ ਨੇ ਇਹ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲ੍ਹਣਗੇ ਉਸ ਤੋਂ ਇਲਾਵਾ ਜਿਹੜੀਆਂ ਦੂਜੀਆਂ ਹੈਗੀਆਂ ਜਿਵੇਂ ਕਿ ਆਪਟੀਕਲਸ ਨੇ ਕਿਤਾਬਾਂ ਦੀਆਂ ਦੁਕਾਨਾਂ ਨੇ ਫਰਨੀਚਰ ਜਵੈਲਰੀ ਟੇਲਰਸ ਇਹ ਟਿਊਜ਼ਡੇ ਥਰਸਡੇ ਐਂਡ ਫਰਾਈਡੇ ਤਿੰਨ ਦਿਨ ਇਹ ਖੁੱਲ੍ਹਣਗੇ ਅਤੇ ਇਹਨਾਂ ਨੂੰ ਅਸੀਂ ਸਖਤੀ ਨਾਲ ਇੰਪਲੀਮੈਂਟ ਕਰਾ ਰਹੇ ਹਾਂ ਅਸੀਂ ਅਨਾਊਂਸਮੈਂਟਸ ਵੀ ਕੀਤੀਆਂ ਨੇ ਕਿਉਂਕਿ ਥੋੜ੍ਹਾ ਵੀਕਐਂਡ ਕਰਕੇ ਦੁਕਾਨਾਂ ਬੰਦ ਸੀਗੀਆਂ ਅਸੀਂ ਹੁਣ ਲਗਾਤਾਰ ਅਨਾਊਂਸਮੈਂਟ ਕਰ ਰਹੇ ਹਾਂ ਫਿਰ ਵੀ ਜੇ ਕੋਈ ਲੋਕ ਇਹਦੀ ਨਹੀਂ ਪਾਲਣਾ ਕਰਦੇ ਅਸੀਂ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਕਰਾਂਗੇ ਸਰ ਅੱਜ ਅਸੀਂ ਮਾਰਕੀਟ ਦੇ ਵਿੱਚ ਗਏ ਹੈਗੇ ਹਾਂ ਅਤੇ ਅਸੀਂ ਬੁੱਕ ਮਾਰਕੀਟ ਦੇ ਵਿੱਚ ਗਏ ਹਾਂ ਉੱਥੇ ਕੋਈ ਦੁਕਾਨਾਂ ਕਿਤਾਬਾਂ ਵਾਲੀਆਂ ਖੁੱਲ੍ਹੀਆਂ ਵੀ ਪਈਆਂ ਨੇ ਅਤੇ ਜਿਹੜੀਆਂ ਦੁਕਾਨਾਂ ਇਹ ਆਡ ਈਵਨ ਤੋਂ ਇਲਾਵਾ ਖੁੱਲ੍ਹੀਆਂ ਨੇ ਅਤੇ ਉਹਦੇ ਉੱਤੇ ਕੀ ਐਕਸ਼ਨ ਅਸੀਂ ਉਹਨਾਂ ਦੇ ਖਿਲਾਫ਼ FIR ਦਰਜ ਕਰਾਂਗੇ ਜੀ ਅਸੀਂ ਸਾਡੀ ਪੈਟਰੋਲਿੰਗ ਪਾਰਟੀਜ਼ਾਂ ਚੱਲ ਰਹੀਆਂ ਨੇ ਅਸੀਂ ਸਾਡਾ ਮੇਨ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਕਈ ਵਾਰ ਕੁਝ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਜਾਂਦਾ ਉਹ ਗਲਤੀ ਨਾਲ ਖੋਲ੍ਹ ਲੈਂਦੇ ਅਸੀਂ ਉਹਨਾਂ ਦੀ ਬੰਦ ਵੀ ਕਰਵਾ ਰਹੇ ਹਾਂ